ਚਲੋ ਯਾਰ ਬਣਾਈ ਇਹ ਵੀਡੀਓ, ਆਪਾਂ ਤਾਂ ਫਿਰ ਕਮਰੇ 'ਚ ਬਣਾਉਣੀ ਹੈ। ਬਾਹਰ ਪਤਾ ਕਿੰਨਾ ਔਖਾ ਹੁੰਦਾ ਵੀਡੀਓ ਸ਼ੂਟ ਕਰਨਾ? ਕਿੰਨਾ ਕੁ ਔਖਾ ਹੁੰਦਾ? ਹੁੰਦਾ ਔਖਾ, ਫਿਰ ਵੀ ਦੱਸੋ ਕਿੰਨਾ ਕੁ ਔਖਾ ਓਏ ਹੁੰਦਾ? ਬਹੁਤ ਔਖਾ ਹੁੰਦਾ ਬਾਹਰ ਵੀਡੀਓ ਸ਼ੂਟ ਕਰਨਾ। ਲੈ ਦੱਸ ਦੋ। ਮੈਨੂੰ ਤਾਂ ਆਪ ਨਹੀਂ ਪਤਾ, ਵੀਡੀਓ 'ਚ ਦੇਖਦੇ ਕਿੰਨਾ ਕੁ ਹੁੰਦਾ। ਹੈਲੋ ਹੈਲੋ ਹੈਲੋ, ਵੈਲਕਮ ਬੈਕ ਟੂ ਪੰਜਾਬੀ ਰੀਲ ਟੀਵੀ। ਮੇਰਾ ਨਾਮ ਹੈ ਸਨਮੀਤ ਸਿੰਘ ਤੇ ਇਹ ਨੇ ਮੇਰੇ ਵਾਈਫ ਦਿਲਪ੍ਰੀਤ ਕੌਰ। ਸਤਿ ਸ਼੍ਰੀ ਅਕਾਲ। ਸੋ ਹੋਰ ਜੀ, ਕੀ ਹਾਲ ਚਾਲ? ਸਭ ਠੀਕ ਠਾਕ ਹੋ? ਅਸੀਂ ਵੀ ਬਹੁਤ ਵਧੀਆ ਜੀ, ਥੈਂਕਸ ਫੋਰ ਆਸਕਿੰਗ। ਸੋ ਟੁਡੇ ਵੀ ਆਰ ਗੋਇੰਗ ਟੂ ਡੂ ਅਨਦਰ ਰਿਐਕਸ਼ਨ ਵੀਡੀਓ, ਤੇ ਇਹ ਤੁਹਾਡੀ ਆਪਣੀ ਇੰਟਰੋ ਤੋਂ ਤੁਹਾਨੂੰ ਪਤਾ ਹੀ ਲੱਗ ਹੀ ਗਿਆ ਹੋਣਾ ਕਿ ਕਿੱਦਾਂ ਦੀ ਵੀਡੀਓ ਹੋਣ ਵਾਲੀ ਹੈ। ਇਟਸ ਅ ਪਾਕਿਸਤਾਨੀ ਰਿਪੋਰਟਰਸ ਸਟਰਗਲ, ਠੀਕ ਹੈ ਜੀ? ਮੈਂ ਸ਼ੁਰੂ ਕਰੋ, ਸ਼ੁਰੂ ਕਰੀਏ, ਪਰ ਉਸ ਤੋਂ ਪਹਿਲਾਂ ਆਪਾਂ ਆਪਦਾ ਪੈਡ ਡਾਇਲੋਗ ਕਿੱਦਾਂ ਭੁੱਲ ਸਕਦੇ ਹਾਂ? ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ, ਤੇ ਨਾਲ ਬਣੀਆਂ ਦੇ ਘੰਟੀਆਂ ਨੂੰ ਥੋੜੇ ਧਾਰਮਿਕ ਜੀ ਹੋ ਕੇ ਦਬਾ ਜ਼ਰੂਰ ਦਿਓ ਤਾਂ ਜੋ ਕੋਈ ਵੀਡੀਓ ਜਿਹੜੀ ਮਿਸ ਨਾ ਕਰ ਪਾਓ। ਯੈਸ ਬਿਲਕੁਲ ਜੀ, ਐਬਸੋਲਿਊਟਲੀ। ਸੋ ਵਿਦਆਊਟ ਵੇਸਟਿੰਗ ਟਾਈਮ ਹੇਅਰ ਵੀ ਗੋ। ਸਟਰਗਲਸ ਆਫ ਪਾਕਿਸਤਾਨੀ ਰਿਪੋਰਟ ਪਿਸ਼ਾਵਰ ਸੇ ਅੰਦਰੂਨ ਲੋਗ। ਸਬਜ਼ੀ ਵਾਲਾ ਆ ਗਿਆ, ਨਹੀਂ ਕਬਾੜੀ ਕੀ ਹੋਣਾ ਹੈ ਸਬਜ਼ੀ। ਪਿਸ਼ਾਵਰ ਸੇ ਅੰਦਰੂਨ ਲੋਗ ਆਪਣਾ ਉਹ ਆ ਸੱਚੀ ਹੁੰਦੇ ਦਰ ਲੋਕ ਹੁੰਦੇ ਆ ਰਾਬੀਆ ਮੇਰੀ ਜਾਨ ਛੋੜ ਚੱਪਲ ਵੀ ਸੀ। ਪਿਸ਼ਾਵਰ ਸੇ ਅੰਦਰੂਨ ਲੋਗ ਉੱਤਰੀ ਚੋਰ ਸ਼ਾਵਰ ਸੇ ਅੰਦਰੂਨ ਲੋਗ ਇਹ ਕੀ ਕਰਨ ਡਿਆ? ਸੀਰੀਅਸਲੀ ਇੰਨੀ ਪ੍ਰੋਬਲਮ ਆਉਂਦੀ ਹੈ? ਓ ਤੇਰੇ ਆਹ ਸਹੀ ਗੱਲ ਹੈ ਯਾਰ, ਤੰਗ ਕੀਤਾ ਕਿਵੇਂ ਜਵਾਕ ਨੂੰ ਦੱਸ ਵੀ ਇੱਦਾਂ ਵੀ ਕਰ ਦੋ ਕਰ ਫੁੱਟਬਾਲ ਹੀ ਪਿਆ ਚੱਕ ਫਿਰ ਹੁਣ ਕੁੱਤਾ ਅਬ ਗਿਆ ਅੱਛਾ ਸੱਚੀ ਮਾਰਦੀ ਬਲੂਪਰਸ ਇਸੀ ਵੀਡੀਓ ਜੋ ਕਿ ਮੈਨੂੰ ਬਹੁਤ ਜ਼ਿਆਦਾ ਫਨੀ ਲੱਗੀ। ਮੇ ਟੂ, ਮੈਨੂੰ ਬਹੁਤ ਵਧੀਆ ਲੱਗੀ। ਇੱਕ ਇਹਨਾਂ ਨੇ ਜਿਹੜਾ ਪਾਕਿਸਤਾਨੀ ਰਿਪੋਰਟਰ ਦਾ ਸਟਰਗਲ ਦਿਖਾਇਆ, ਇਟਸ ਔਸਮ। ਇੱਕ ਜਿਹੜਾ ਲੜਕਾ ਆ ਕੇ ਕਹਿੰਦਾ ਵੀਡੀਓ ਬਣ ਰਹੀ ਹੈ ਲਾਈਵ ਹੈ ਲਾਈਵ। ਹਾਂ ਹਾਂ ਇੱਕ ਉਹ ਮੇਰੇ ਖਿਆਲ ਉਹੀ ਹੁੰਦਾ ਜਿਹੜਾ ਆਪਦੀ ਘਰ ਨਾਲ ਲੜਦਾ ਹੁੰਦਾ। ਹਾਂਜੀ ਹਾਂਜੀ, ਪਿੱਛੋਂ ਚੱਪਲ ਪੈਂਦੀ ਫਿਰ ਉਹਦੇ ਟਿਕਾਣੇ 'ਤੇ ਆ ਕੇ। ਸਹੀ ਸੀ ਯਾਰ, ਵੀਡੀਓ ਵਧੀਆ ਸੀ। ਵੈਸੇ ਇਹ ਅਸਲ ਵਿੱਚ ਜਿਹੜੇ ਰਿਪੋਰਟਰਸ ਹੁੰਦੇ ਆ ਉਹਨਾਂ ਨੂੰ ਬੜੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਕਈ ਵਾਰੀ ਕਿਤੇ ਦੰਗੇ ਹੋ ਜਾਂਦੇ ਆ, ਹੈ ਨਾ, ਕੁਝ ਕੁਛ ਵੀ ਕੁਝ ਜਿੱਦਾਂ ਕਹਿ ਲਓ ਪੁਲਿਸ ਦੇ ਛਾਪੇ ਵੱਜਦੇ ਆ, ਜੋ ਵੀ ਹੁੰਦਾ ਯਾਰ, ਉਹਨਾਂ ਨੂੰ ਸਭ ਕੁਛ ਕੈਮਰੇ 'ਚ ਕੈਦ ਕਰਨਾ ਬੜਾ ਮੁਸ਼ਕਲ ਦਾ ਕੰਮ ਹੁੰਦਾ ਇਹ। ਬਟ ਇਹਨਾਂ ਨੇ ਆਪਾਂ ਨੂੰ ਫਨੀ ਕਰਕੇ ਦਿਖਾਇਆ। ਹਾਂ, ਇਹਨਾਂ ਨੇ ਫਨੀ ਫੇਸ ਉਹਦਾ ਲਿਆ, ਅਤੇ ਇਹਦੇ ਵਿੱਚ ਜੇਕਰ ਆਪਾਂ ਦੇਖਿਆ ਜਾਵੇ ਜਿੱਦਾਂ ਇਹਨਾਂ ਨੇ ਐਂਡ 'ਤੇ ਦਿਖਾਇਆ ਵੀ ਪਿੱਛੇ ਇੱਕ ਗਾਂ ਪੈ ਜਾਂਦੀ ਹੈ ਜਾਂ ਇੱਕ ਕੁੱਤੇ ਪੈ ਜਾਂਦੇ ਆ, ਅਤੇ ਉਹ ਚੀਜ਼ ਸਹੀ ਹੈ ਕਿਉਂਕਿ ਇੰਡੀਆ ਵਿੱਚ ਵੀ ਇਹ ਚੀਜ਼ਾਂ ਹੈਗੀਆਂ ਵੀ ਸੜਕਾਂ 'ਤੇ ਗਾਵਾਂ ਤੁਰੀਆਂ ਹੀ ਫਿਰਦੀਆਂ, ਖੁੱਲ੍ਹੇਆਮ ਤੁਰੀਆਂ ਫਿਰਦੀਆਂ, ਕੋਈ ਉਹਦੀ ਚਿੰਤਾ ਨਹੀਂ ਕਰਦਾ ਸਰਕਾਰ ਦੀ, ਸਰਕਾਰ ਕੋਈ ਉਹਨਾਂ ਦੀ ਚਿੰਤਾ ਨਹੀਂ ਕਰਦੀ, ਅਤੇ ਕੁੱਤੇ ਤਾਂ ਗਲੀਆਂ 'ਚੋਂ ਹੀ ਬੜੇ ਫਿਰਦੇ ਰਹਿੰਦੇ ਆ। ਸੋ ਇਹ ਇੰਡੀਆ ਅਤੇ ਪਾਕਿਸਤਾਨ ਦਾ ਜਿਹੜਾ ਕਲਚਰ ਹੈ ਇਹ ਤਾਂ ਉਹੀ ਰਹਿਣਾ, ਚਾਹੇ ਵਿੱਚ ਬਾਰਡਰ ਆ ਗਿਆ ਪਰ ਕਲਚਰ ਦਾ ਸੇਮ ਹੀ ਰਹਿਣਾ, ਲੋਕ ਵੀ ਉੱਦਾਂ ਦੇ ਰਹਿਣੇ ਆ। ਅਤੇ ਬਾਕੀ ਵੀਡੀਓ ਦੀ ਗੱਲ ਕਰਕੇ, ਵੀਡੀਓ ਤਾਂ ਬਹੁਤ ਫਨੀ ਸੀ, ਇਹਨਾਂ ਦੀ ਵੀਡੀਓਜ਼
ਹਮੇਸ਼ਾ ਵਧੀਆ ਹੀ ਹੁੰਦੀ ਹੈ ਨਾ ਮੈਨੂੰ ਸਾਰੀ ਵੀਡੀਓਜ਼ ਬਹੁਤ ਕੈਂਟ ਲੱਗੀਆਂ ਬਹੁਤ ਫਨੀ ਲੱਗੀਆਂ ਵੀਡੀਓਜ਼ ਕਾਫੀ ਫਨੀ ਹੁੰਦੀਆਂ ਇਹਨਾਂ ਦੀਆਂ ਤੇ ਇਹਨਾਂ ਦੇ ਬਣਾਉਣ ਦਾ ਤਰੀਕਾ ਹੀ ਐਕਚੁਅਲ ਵਿੱਚ ਵਧੀਆ ਹੁੰਦਾ ਵਧੀਆ ਹੁੰਦਾ ਅਲੱਗ ਜਿਹਾ ਹਾਂ ਬਾਕੀ ਯੂਟਿਊਬਰਸ ਨਾਲੋਂ ਅਲੱਗ ਹੁੰਦਾ ਬਾਕੀ ਬਾਕੀ ਵੀ ਵਧੀਆ ਕਰਦੇ ਨਾਦਰ ਅਲੀ ਹੋ ਗਿਆ ਤੇ ਜਾਂ ਸ਼ਾਮ ਹੋ ਗਿਆ ਕੋਈ ਜੈਦ ਅਲੀ ਹੋ ਗਏ ਸਾਰੇ ਵਧੀਆ ਬਣਾਉਂਦੇ ਆ ਪਰ ਇਹਨਾਂ ਦਾ ਤਰੀਕਾ ਕੁਝ ਥੋੜ੍ਹਾ ਵੱਖਰਾ ਹੈ ਨਾ ਡਿਫਰੈਂਟ ਜਿਹਾ ਓਕੇ ਸੋ ਇਹ ਸੀਗੀ ਸੀ ਵੀਡੀਓ ਅੱਜ ਦੀ ਅਤੇ ਹੁਣ ਸਾਡਾ ਕੰਮ ਹੋ ਗਿਆ ਖਤਮ ਤੁਹਾਡਾ ਕੰਮ ਹੋ ਗਿਆ ਸ਼ੁਰੂ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਬਿਲਕੁਲ ਕਰ ਦਿਓ ਅਤੇ ਨਾਲ ਸਬਸਕ੍ਰਾਈਬ ਦਾ ਬਟਨ ਬਣਿਆ ਉਹਨੂੰ ਵੀ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਆਪਦੇ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ ਦਿਖਾ ਦਿਓ ਸਭ ਨੂੰ ਅਤੇ ਅਸੀਂ ਤੁਹਾਨੂੰ ਮਿਲਾਂਗੇ ਕਿਸੇ ਹੋਰ ਵੀਡੀਓ 'ਤੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਅਤੇ ਚੱਕੀ ਰੱਖੋ ਇੱਦਾਂ ਹੀ ਕੰਮ